ਪੱਖੇ ਵਾਲੀ ਕਾਰ ਬਣਾਉਣਾ ਬਹੁਤ ਮਜ਼ੇਦਾਰ ਹੈ ਅਤੇ ਇਹ ਨਿਊਟਨ ਦੇ ਤੀਜੇ ਸਿਧਾਂਤ ਨੂੰ ਦਰਸਾਉਂਦੀ ਹੈ। ਇਸ ਲਈ 4 ਪਲਾਸਟਿਕ ਦੇ ਢੱਕਣ, ਇੱਕ ਛੋਟਾ ਬਿਜਲੀ ਨਾਲ ਚੱਲਣ ਵਾਲਾ ਪੱਖਾ ਅਤੇ ਕੁਝ ਹੋਰ ਸਮਾਨ ਚਾਹੀਦਾ ਹੈ। 2 ਢੱਕਣਾਂ ਵਿੱਚ ਗਲੀ ਕਰ ਲਵੋ, ਇੱਕ ਵਿੱਚ ਸਾਈਕਲ ਦਾ ਗੱਜ ਪਾ ਦਿਓ ਅਤੇ ਫਿਰ ਬਾਲ ਪੈਨ ਦੇ ਸਿੱਕੇ ਦਾ ਛੋਟਾ ਜਿਹਾ ਟੁਕੜਾ ਬੇਅਰਿੰਗ ਦੀ ਤਰ੍ਹਾਂ ਜੋੜੋ ਅਤੇ ਫਿਰ ਦੂਜਾ ਪਹੀਆ ਬਣਾ ਲਵੋ। ਐਕਸਲ ਅਤੇ ਪਹੀਏ ਨੂੰ ਗੂੰਦ ਨਾਲ ਚੰਗੀ ਤਰ੍ਹਾਂ ਜੋੜ ਲਵੋ। ਐਕਸਲ ਉੱਤੇ ਪਹੀਏ ਬਹੁਤ ਆਰਾਮ ਨਾਲ ਘੁੰਮਣਗੇ। ਟਾਇਰਾਂ ਦੇ ਜੋੜਿਆਂ ਨੂੰ ਸੈਲੋ ਟੇਪ ਨਾਲ 15 ਸੈਂਟੀਮੀਟਰ ਲੰਬੀ ਪਲਾਸਟਿਕ ਸਕੇਲ ਨਾਲ ਜੋੜ ਦਿਓ। ਇਹ ਕਾਰ ਦੀ ਚੈਸੀ ਬਣ ਜਾਵੇਗੀ। ਕਾਰ ਦੀ ਬਾਡੀ ਸਕੇਲ ਨਾਲ ਅਤੇ 2 ਟਾਇਰਾਂ ਦੇ ਜੋੜਿਆਂ ਨਾਲ ਬਣੇਗੀ। ਗੂੰਦ ਨਾਲ ਸਕੇਲ ਅਤੇ ਰਬੜ ਦੇ ਬਲੌਕ ਨੂੰ ਜੋੜੋ। ਇੱਕ ਪੱਖਾ ਲਗਾਉਣ ਲਈ ਥੜੇ ਦਾ ਕੰਮ ਕਰੇਗਾ। ਤੁਸੀਂ ਕਾਰ ਦਾ ਥੱਲੜਾ ਹਿੱਸਾ ਦੇਖ ਸਕਦੇ ਹੋ। ਬੈਟਰੀ ਨਾਲ ਚੱਲਣ ਵਾਲਾ ਹੱਥ ਵਾਲਾ ਪੱਖਾ ਲਓ। ਚਾਲੂ ਕਰਨ ਨਾਲ ਪੱਖਾ ਚੱਲ ਪਵੇਗਾ। ਪੱਖੇ ਨੂੰ ਥੜੇ ਉੱਪਰ ਰੱਖ ਕੇ ਟੇਪ ਨਾਲ ਜੋੜ ਦਿਓ। ਪੱਖੇ ਵਾਲੀ ਕਾਰ ਤਿਆਰ ਹੈ। ਜਿਵੇਂ ਹੀ ਤੁਸੀਂ ਸਵਿੱਚ ਲਗਾਓਗੇ ਤਾਂ ਪੱਖਾ ਤੇਜ਼ੀ ਨਾਲ ਘੁੰਮੇਗਾ ਅਤੇ ਕਾਰ ਉਸ ਤੋਂ ਉਲਟੀ ਦਿਸ਼ਾ ਵੱਲ ਚੱਲਣਾ ਸ਼ੁਰੂ ਕਰ ਦੇਵੇਗੀ। ਪੱਖੇ ਵਾਲੀ ਕਾਰ ਰਾਕਟ ਦੇ ਸਿਧਾਂਤ 'ਤੇ ਕੰਮ ਕਰਦੀ ਹੈ। ਇੱਕ ਪਾਸੇ ਹਵਾ ਸੁੱਟੀ ਜਾਂਦੀ ਹੈ ਅਤੇ ਕਾਰ ਉਸ ਤੋਂ ਉਲਟੀ ਦਿਸ਼ਾ ਵੱਲ ਚੱਲਦੀ ਹੈ। ਇਸ ਤੋਂ ਪਤਾ ਲੱਗੇਗਾ ਕਿ ਹਰ ਇੱਕ ਕਿਰਿਆ ਦੀ ਬਰਾਬਰ ਪ੍ਰਕਿਰਿਆ ਹੁੰਦੀ ਹੈ।